ਅੱਜ ਚੰਡੀਗੜ੍ਹ ਵਿੱਚ ਪੰਜਾਬ ਕੈਬਨਿਟ ਸਬ ਕਮੇਟੀ ਦੀ ਬੈਠਕ ਹੋਈ ਹੈ। ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਨਾਰਾਜ਼ਗੀ ਜਤਾਈ ਗਈ ਹੈ ਤੇ 22 ਸਤੰਬਰ ਤੋਂ ਪਟਿਆਲਾ ਮੋਦੀ ਬਹਿਲ ਸਾਹਮਣੇ 7 ਕਿਸਾਨ ਜਥੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਬੈਠਕ ਖਤਮ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਤੇ ਕਰਜ਼ੇ ਦਾ ਬੋਝ ਨਾ ਪਵੇ, ਇਸ ਲਈ ਨਵੇਂ ਨਿਯਮ ਬਣਾਏ ਜਾ ਰਹੇ ਨੇ। ਮੈਜ਼ ਕਰਜ਼ਾ ਮਾਫ਼ ਕਰਨਾ ਮਸਲੇ ਦਾ ਹੱਲ ਨਹੀਂ, ਬਲਕਿ ਕਿਸਾਨਾਂ ਤੇ ਕਰਜ਼ਾ ਨਾ ਚੜੇ, ਇਸ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕਿ ਸਰਕਾਰ ਵਚਨਬੱਧ ਹੈ ਔਰ ਜੋ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਉਹਨੂੰ ਪੂਰਾ ਕਰਨ ਦੇ ਲਈ ਪੂਰੀ ਤਰ੍ਹਾਂ ਪ੍ਰਿਆਸ ਕਰ ਰਹੀ ਹੈ। ਹਰ ਪਲ ਉਹਨਾਂ ਦੇ ਮਨ ਦੇ ਵਿੱਚ ਇੱਕੋ ਚੀਜ਼ ਰਹਿੰਦੀ ਹੈ ਕਿ ਇਹ ਸਾਰਾ ਕੁਝ ਹੋਵੇ। ਇਸ ਤੋਂ ਉੱਤੇ ਜਿਹੜਾ ਕਿਸਾਨ ਸੋਚਦਾ ਹੈ ਕਿ ਜੀ ਇਹ ਕਰਜ਼ਾ ਮਾਫ਼ ਹੋ ਗਿਆ ਕਿ ਸਮੱਸਿਆ ਹੱਲ ਹੋ ਗਈ, ਸਮੱਸਿਆ ਹੱਲ ਨਹੀਂ ਹੋਈ। ਸਮੱਸਿਆ ਉਦੋਂ ਹੱਲ ਹੁੰਦੀ ਹੈ ਜਦੋਂ ਕਿਸਾਨ ਦੇ ਉੱਤੇ ਕਰਜ਼ਾ ਚੜ੍ਹਨ ਨਾ ਦਿੱਤਾ ਜਾਵੇ ਔਰ ਉਹਦੇ ਲਈ ਇੱਕ ਪਾਲਿਸੀ ਆਵੇ।